ਕਿਵੇਂ ਦੇਖਦੇ ਹੋ? ਕਹਿ ਰਹੇ ਕਿ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ, ਜਿਹੜੇ ਵਾਪਸ ਲਿੱਤੇ ਗਏ ਸੀ, ਮੈਂ ਮੰਗ ਕਰਾਂਗੀ। ਜਿਹੜਾ ਮਾਨਸਿਕ ਤੌਰ 'ਤੇ ਬੰਦਾ ਬਿਮਾਰ ਹੋਵੇ, ਉਸ ਬੰਦੇ ਦਾ ਵਿਰੋਧ ਕਿਉਂ ਕਰ? ਰਾਜਾ ਜੀ, ਕੰਗਣਾ ਦੇ ਬਿਆਨ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਔਰ ਪੰਜਾਬ 'ਚ ਜ਼ਬਰਦਸਤ ਵਿਰੋਧ ਹੋ ਰਿਹਾ, ਕਿਵੇਂ ਦੇਖਦੇ ਹੋ? ਕਹਿ ਰਹੇ ਕਿ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ, ਜਿਹੜੇ ਵਾਪਸ ਲਿੱਤੇ ਗਏ ਸੀ, ਮੈਂ ਮੰਗ ਕਰਾਂਗੀ। ਮੈਨੂੰ ਲੱਗਦਾ ਇਹਦਾ ਬਿਲਕੁਲ ਵਿਰੋਧ ਨਹੀਂ ਕਰਨਾ ਚਾਹੀਦਾ। ਜਿਹੜਾ ਵਿਅਕਤੀ ਪਾਗਲ ਹੋ ਜਾਏ, ਜਿਹੜਾ ਮਾਨਸਿਕ ਤੌਰ 'ਤੇ ਬੰਦਾ ਬਿਮਾਰ ਹੋਵੇ, ਉਸ ਬੰਦੇ ਦਾ ਵਿਰੋਧ ਕਿਉਂ ਕਰਨਾ? ਇਹ ਜਿਹੜੀ ਲੇਡੀ ਹੈ, ਇਹਨੂੰ ਇਹ ਆਦਤ ਪੈ ਗਈ ਹੈ ਕਿ ਖਾਮਖਾ ਟੀਵੀ 'ਤੇ ਮੇਰਾ ਨਾਮ ਚੱਲੇ, ਮੇਰੇ ਬਾਰੇ ਲੋਕ ਚਰਚਾ ਕਰਨ। ਔਰ ਕਈ ਲੋਕਾਂ ਨੂੰ ਇਹ ਫੋਬੀਆ ਹੋ ਜਾਂਦਾ, ਸੋਸ਼ਲ ਮੀਡੀਆ ਦਾ ਫੋਬੀਆ ਹੋ ਜਾਂਦਾ, ਮਸ਼ਹੂਰੀਆਂ ਦਾ ਫੋਬੀਆ ਹੋ ਜਾਂਦਾ, ਚਾਹੇ ਗੰਦੀ ਮਸ਼ਹੂਰੀ ਹੋਵੇ। ਕਈ ਲੋਕਾਂ ਨੂੰ ਆਦਤ ਨਹੀਂ ਹੁੰਦੀ ਵੀ ਉਹਨਾਂ ਦੀ ਕੋਈ ਚੀਜ਼ ਨਹੀਂ ਵਿਕਦੀ ਤਾਂ ਐਸੀ ਹਰਕਤ ਕਰਨਗੇ ਜਿਹੜੀ ਉਹਦੇ ਨਾਲ ਵਿਕੇ। ਅਲਟੀਮੇਟਲੀ ਤੁਸੀਂ ਬਹੁਤ ਸਾਰੀਆਂ ਮੂਵੀਜ਼ ਦੇਖਦੇ ਹੋ ਜਾਂ ਇੱਧਰ ਉੱਧਰ ਦੇਖਦੇ ਹੋ ਕਿ ਜਿਹਦੇ ਵਿੱਚ ਇਸ ਤਰ੍ਹਾਂ ਦੇ ਬੰਦਿਆਂ ਮਤਲਬ ਕਿ ਹਰਕਤ ਕਰਦਾ, ਜਿਹਦੇ ਨਾਲ ਲੋਕ ਜ਼ਿਆਦਾ ਇੰਟਰਸਟਿੰਗ ਹੋ ਕੇ। ਲੇਕਿਨ ਉਹ ਤਾਂ ਕਹਿ ਰਹੇ ਕਿ ਮੈਂ ਕਿਸਾਨਾਂ ਦਾ ਦਰਦ ਸਮਝਦੀ ਹਾਂ, ਮੈਂ ਖੁਦ ਕਿਸਾਨਾਂ ਦੇ ਪਰਿਵਾਰ 'ਚੋਂ। ਦੇਖੋ ਯਾਰ, ਉਹ ਦੁਨੀਆਂ ਜਾਣਦੀ ਹੈ, ਕਿਸਾਨਾਂ ਦੇ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਦੀਆਂ। ਜਿਸ ਤਰ੍ਹਾਂ ਦੀਆਂ ਉਹਦੀਆਂ ਹਰਕਤਾਂ, ਚਾਹੇ ਉਹ ਟੀਵੀ 'ਤੇ ਹਰਕਤਾਂ ਹੋਣ, ਚਾਹੇ ਉਹ ਇਸ ਬਾਹਰ ਹੋਣ ਜਨਤਾ ਦੀ, ਪਰ ਕਿਸੇ ਨੇ ਪੁੱਛਿਆ ਨਹੀਂ ਕਿਸਾਨਾਂ ਬਾਰੇ ਤੁਹਾਡੇ ਤੋਂ। ਕਿਸੇ ਨੇ ਪੁੱਛਿਆ ਕਿ ਕਿਸਾਨਾਂ ਦੇ ਕਾਨੂੰਨ ਚੰਗੇ ਸੀ ਕਿ ਨਹੀਂ ਚੰਗੇ ਸੀ? ਐਂਡ ਟੂ ਬੀ ਵੈਰੀ ਓਨੈਸਟ, ਅਨਨੈਸੈਸਰੀ ਮੀਡੀਆ ਵੀ ਉਹਨੂੰ ਬਹੁਤ ਸਾਰੀ ਹਾਈਪ ਦਿੰਦਾ। ਕਈ ਵਾਰੀ ਨਹੀਂ, ਮੈਂਬਰ ਪਾਰਲੀਮੈਂਟ ਨੇ, ਮੈਂਬਰ ਪਾਰਲੀਮੈਂਟ ਦੀ ਗੱਲ ਸੁਣਨਾ ਜ਼ਰੂਰੀ ਹੈ। ਤੁਹਾਡੇ ਨਾਲ ਦੀ ਸੀਟ ਤੇ ਬੈਠਦੇ ਨੇ, ਤੁਸੀਂ ਜਿੱਥੇ ਬੈਠਦੇ ਹੋ ਪਾਰਲੀਮੈਂਟ, ਜਦੋਂ ਤੁਹਾਨੂੰ ਹੁਣ ਅਗਲੀ ਵਾਰੀ ਮਿਲਣਗੇ ਕੀ ਕੁਛ ਕਹੋਗੇ ਜਦੋਂ ਆਮਣਾ ਸਾਹਮਣਾ ਹੋਇਆ ਤੁਹਾਡਾ? ਮੇਰੇ ਨਾਲ ਤਾਂ ਨਹੀਂ ਬਹਿੰਦੀ ਉਹ, ਬਿਲਕੁਲ ਇਹ ਬੇਨਤੀ ਕਰਦਾ। ਦੂਸਰੀ ਗੱਲ, ਮੈਂਬਰ ਆਫ ਪਾਰਲੀਮੈਂਟ ਤਾਂ 540 ਹੈ ਮਹਾਰਾਜ, ਉਹ ਤਾਂ ਵਿਚਾਰੇ ਚੱਲਦਾ ਨੀ ਕੋਈ। ਕੰਗਣਾ ਰਣੌਤ ਕਿਉਂ ਚੱਲਦੀ ਹੈ? ਕੰਗਣਾ ਰਣੌਤ ਸੈਲੀਬ੍ਰਿਟੀ ਵੀ ਨਾ, ਇੱਕ ਵੱਡਾ ਚਿਹਰਾ ਕੰਗਣਾ। ਇਹੋ ਜਿਹੀ ਸੈਲੀਬ੍ਰਿਟੀ ਤਾਂ ਮੈਂ ਸਵੇਰੇ ਬਣ ਜਾਂਦਾ। ਕਿਸੇ ਵੀ ਔਰਤ ਨੂੰ ਕਹੋ ਕਿ ਇਹੋ ਜਿਹੀ ਸੈਲੀਬ੍ਰਿਟੀ ਬਣਨ ਤੇ ਜਦੋਂ ਮਰਜ਼ੀ ਬੰਦਾ ਬਣ ਜਾਂਦਾ। ਪਾਰਲੀਮੈਂਟ 'ਚ ਜਦੋਂ ਤੁਹਾਨੂੰ ਮਿਲਣਗੇ ਕੁਛ ਕਹੋਗੇ ਕੰਗਣਾ ਨੂੰ? ਮੈਂ ਇਹੋ ਜਿਹੇ ਬੰਦੇ ਦੇ ਨੇੜੇ ਹੀ ਨਹੀਂ ਜਾਂਦਾ, ਮਿਲਣਾ ਕੀ ਹੈ? ਜਿਹੜਾ ਬੰਦਾ ਸਾਡੀਆਂ ਮਾਵਾਂ ਤੇ ਭੈਣਾਂ ਨਾਲ ਨੂੰ ਬਦਤਮੀਜ਼ੀ ਨਾਲ ਬੋਲਦਾ ਹੋਵੇ, ਕਿਸਾਨਾਂ ਦੇ ਬਾਰੇ, ਅੰਦੋਲਨ ਦੇ ਬਾਰੇ ਗਲਤ ਬੋਲਦਾ ਹੋਵੇ, ਉਸ ਬੰਦੇ ਦੇ ਨੇੜੇ ਦੀ ਨਹੀਂ ਲੰਘਣਾ ਚਾਹੀਦਾ। ਸੋ ਮੈਂ ਤਾਂ ਕਹਿੰਦਾ ਕਿ ਇਸ ਔਰਤ ਨੂੰ ਰੱਬ ਬੁੱਧੀ ਬਖਸ਼ੇ, ਔਰ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ, ਇਹਦੀ ਗੱਲ 'ਤੇ ਰਿਐਕਟ ਕਰਨਾ। ਇਹ ਤਾਂ ਜਦੋਂ ਸਮਾਂ ਆਏਗਾ ਹੱਲ ਹੀ ਕੀਤਾ ਜਾਵੇ। ਕਿਸ ਤਰੀਕੇ ਦਾ ਹੱਲ? ਬਥੇਰੇ ਹੱਲ ਹੁੰਦੇ ਆ, ਜਦੋਂ ਸਰਕਾਰ ਹੀ ਤੁਹਾਨੂੰ ਹੱਲ ਕਰਕੇ ਦੱਸਾਂਗੇ। ਨਹੀਂ, ਕਿਸ ਤਰੀਕੇ ਦਾ ਹੱਲ? ਤੁਸੀਂ ਤਾਂ ਪਹਿਲਾਂ FIR ਦੀ ਮੰਗ ਵੀ ਕਰ ਰਹੇ ਸੀ, ਹੱਲ ਤੁਸੀਂ ਡਰਾ ਰਹੇ ਹੋ, ਧਮਕਾ ਰਹੇ ਹੋ ਜਾਂ ਕੀ ਕਰ ਰਹੇ ਹੋ? ਮੈਂ ਕਿਸੇ ਨੂੰ ਨਾ ਡਰਾਉਣਾ ਹੈ ਨਾ ਧਮਕਾਉਣਾ ਹੈ, ਪਰ ਸਾਡੇ ਗੁਰੂ ਨੇ ਸਾਨੂੰ ਇਹ ਗੱਲ ਕਿਹਾ, ਨਾ ਜੁਰਮ ਕਰਨਾ ਤੇ ਨਾ ਜੁਰਮ ਸਹਿਣਾ, ਨਾ ਕਿਸੇ ਨੂੰ ਨੀਚਾ ਵਿਖਾਉਣਾ ਤੇ ਨਾ ਨੀਚਾ ਹੋਣਾ। ਸੋ ਜਿਸ ਪ੍ਰਕਾਰ ਦੇ ਹਾਲਾਤ ਕੰਗਣਾ ਰਣੌਤ ਜਾਣ ਬੁੱਝ ਕੇ ਸਿੱਖਾਂ ਤੇ ਟਿੱਪਣੀ ਕਰਦੇ, ਮੈਂ ਰੋਜ਼ ਇਹ ਗੱਲ, ਰਾਹੁਲ ਗਾਂਧੀ ਨੇ ਤਾਂ ਇਹ ਕਹਿਤਾ ਕਿ ਕੱਲ ਨੂੰ ਹੋ ਸਕਦਾ ਸਾਨੂੰ ਕੜਾ ਪਾਉਣ ਦੀ ਇਜਾਜ਼ਤ ਲੈਣੀ ਪਵੇ, ਹਾਂ, ਤੇ 3-4 ਉੱਥੇ ਸਿੱਖ ਬਿਠਾ ਕੇ ਜਿਹੜੇ ਬੀਜੇਪੀ ਨੇ ਆਪਦੇ ਹੱਥ ਠੋਕੂ ਉਹਨਾਂ ਤੋਂ ਬਿਆਨ ਦਵਾਉਂਦੇ ਹੈ, ਤੇ ਹੋਰ ਬਹੁਤ ਸਾਰੇ ਲੀਡਰਾਂ ਨੇ ਬਿਆਨ ਦਿੱਤਾ। ਇਸ ਤੇ ਕੋਈ ਨਹੀਂ ਆਉਂਦਾ ਵੀ ਸਾਡੇ ਸਿੱਖਾਂ ਤੇ ਰੋਜ਼ ਟਿੱਪਾ ਟਿੱਪਣੀ ਕਰ ਰਹੀ ਹੈ। ਨਹੀਂ, ਹਰਜੀਤ ਗਰੇਵਾਲ ਨੇ ਕਿਹਾ, ਹਰਜੀਤ ਗਰੇਵਾਲ ਕਹਿੰਦਾ ਕਿ ਸ਼ਾਂਤੀ ਦਾ ਮਾਹੌਲ ਪੰਜਾਬ 'ਚ ਰਵੇ, ਮੈਂ ਤਾਂ ਹਾਈਕਮਾਨ ਨਾਲ ਗੱਲ ਕਰਾਂਗਾ, ਉਹ ਤਾਂ ਜ਼ਬਰਦਸਤ ਵਿਰੋਧ ਕਰ ਰਿਹਾ। ਗਰੇਵਾਲ ਨੂੰ ਵਿਚਾਰੇ ਦੀ ਕੌਣ ਸੁਣਦਾ ਹੈ? ਜੇ ਸੁਣਦਾ ਹੁੰਦਾ ਤਾਂ ਗਰੇਵਾਲ ਵਿਚਾਰਾ ਆਪ ਵਿਚਾਰਾ ਟਿਕਟ ਲੜਦਾ, ਚੰਗਾ ਬੰਦਾ ਹੈ। ਉਹ ਤਾਂ ਕੰਗਣਾ ਰਣੌਤ ਨੂੰ ਭੈਣ ਵੀ ਕਹੀ ਜਾਂਦਾ ਵੀ ਮੈਂ ਆਪਦੀ ਭੈਣ ਨੂੰ ਕਹੂੰਗਾ, ਹੁਣ ਇਹੋ ਜਿਹੀ ਨੂੰ ਭੈਣ ਕਹਿਣਾ ਤਾਂ ਮੈਨੂੰ ਲੱਗਦਾ ਕੋਈ ਚੰਗੀ ਗੱਲ ਨਹੀਂ। ਕੀ ਕਹਿਣਾ ਚਾਹੀਦਾ? ਕੁਛ ਵੀ ਨਹੀਂ ਕਹਿਣਾ ਚਾਹੀਦਾ।
ਇਹੋ ਜਿਹੇ ਲੋਕਾਂ ਨੂੰ ਭੈਣ ਦਾ ਦਰਜਾ ਬਹੁਤ ਉੱਤਮ ਦਰਜਾ ਹੈ। ਲੇਕਿਨ ਤੁਸੀਂ ਪਹਿਲਾਂ ਕਿਹਾ ਸੀ ਕਿ ਐਫ ਆਈ ਆਰ ਦਰਜ ਹੋਵੇ, ਤੁਸੀਂ ਪਹਿਲਾਂ ਵੀ ਮੰਗ ਕੀਤੀ ਸੀ ਜਦੋਂ ਇਹ ਕਹਿ ਰਹੇ ਸੀ ਕਿ ਭਿੰਡਰਾਂ ਵਾਲੇ ਜਿਹੜੇ ਨੇ ਉਹ ਸੰਤ ਨਹੀਂ, ਉਹ ਅੱਤਵਾਦੀ ਨੇ, ਪੰਜਾਬ ਚ 99% ਲੋਕ ਮੰਨਦੇ ਨੇ, ਕਾਂਗਰਸ ਆਪਣੀ ਸਥਿਤੀ ਕਲੀਅਰ ਕਰੇ, ਕਾਂਗਰਸ ਦੱਸੇ ਕਿ ਉਹ ਅੱਤਵਾਦੀ ਨੇ ਜਾਂ ਸੰਤ ਨੇ, ਕੌਣ ਕਹਿੰਦਾ? ਇਹ ਕੰਗਣਾ ਨੇ ਕਿਹਾ ਸੀ ਬਈ, ਕੰਗਣਾ ਦੀ ਐਫ ਆਈ ਆਰ ਦੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਤੁਸੀਂ ਕਿਹਾ ਸੀ ਉਦੋਂ ਪਹਿਲਾਂ ਵੀ ਮੰਗ ਕੀਤੀ ਸੀ ਕਿ ਆਈ ਟੀ ਐਕਟ ਦੀਆਂ ਐਫ ਆਈ ਆਰ ਦਰਜ ਕਰਨ ਦੇ ਵਿੱਚ ਸਰਕਾਰ ਮਸ਼ਰੂਫ ਹੈਗੀ ਆ, ਕਿ ਜਿਹੜਾ ਉਹਨਾਂ ਨੂੰ ਮਾੜਾ ਜਿਹਾ ਤੂੰ ਤੜਾ ਕਹਿੰਦਾ ਉਹਦੇ 'ਤੇ ਆਈ ਟੀ ਐਕਟ ਦਾ ਪਰਚਾ ਦੇ ਦਿੰਦੀ ਹੈ। ਕੰਗਣਾ ਬਾਰੇ ਤਾਂ ਧਿਆਨ ਹੀ ਨਹੀਂ ਵੀ ਕਿਸਾਨਾਂ ਨੂੰ ਕੁਛ ਕਹਿ ਰਿਹਾ ਜਾਂ ਕਿਸੇ ਨੂੰ ਹੋਰ, ਕਿ ਕਿਸੇ ਨੇ ਨਹੀਂ ਕਰਨਾ। ਸੋ ਇਸ ਕਰਕੇ ਵਾਰੀ ਵਾਰੀ ਆਪਦੀ ਗੱਲ ਕਰਕੇ ਆਪਦਾ ਮੂੰਹ ਦਾ ਸਵਾਦ ਖਰਾਬ ਕਰਨ ਦੀ ਕੀ ਲੋੜ ਹੈ? ਨਹੀਂ, ਕੰਗਣਾ ਦੀ ਫਿਲਮ ਆ ਰਹੀ, ਫਿਲਮ ਦੀ ਵਜ੍ਹਾ ਕਰਕੇ ਇਸ ਤਰੀਕੇ ਦੇ ਸਟੇਟਮੈਂਟ ਹੈ ਜਾਂ ਬੀਜੇਪੀ ਇਸ ਦੇ ਪਿੱਛੇ ਹੈ? ਕਿਉਂਕਿ ਪੰਜਾਬ ਬੀਜੇਪੀ ਤਾਂ ਪੱਲਾ ਝਾੜ ਰਹੀ ਹੈ, ਅਜੇ ਸੁਨੀਲ ਜਾਖੜ ਦੀ ਕੋਈ ਸਟੇਟਮੈਂਟ ਨਹੀਂ ਆਈ, ਰਵਨੀਤ ਬਿੱਟੂ ਦੀ ਕੋਈ ਸਟੇਟਮੈਂਟ ਨਹੀਂ ਆਈ, ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਲਗਾਤਾਰ ਕਹਿ ਰਹੇ, ਕਹਿੰਦੇ ਕਿ ਸਬੂਤ ਦਿਓ, ਇਸ ਤਰੀਕੇ ਦਾ ਜ਼ਿਕਰ ਕਰ, ਕੰਗਣਾ ਤੇ ਅਜੇ ਬਿਆਨ ਨਹੀਂ ਆਇਆ। ਸੋ ਕੰਗਣਾ ਤੇ ਇਹਨਾਂ ਦੋਵਾਂ ਨੇ ਬਿਆਨ ਦਿੱਤਾ ਤੇ ਇਹਨਾਂ ਦੋਵਾਂ ਦੀ ਛੁੱਟੀ ਹੋ ਜਾਏਗੀ? ਕੰਗਣਾ ਇਹਨਾਂ ਤੋਂ ਥੋੜੀ ਜਿਹੀ ਠੀਕ ਹੈ, ਮਿਨਿਸਟਰ ਬਣ ਗਿਆ, ਕੋਈ ਪ੍ਰਧਾਨ ਹੈ, ਲੇਕਿਨ ਕੰਗਣਾ ਦਾ ਥੋੜਾ ਉੱਪਰਲਾ ਹਿਸਾਬ ਕਿਤਾਬ ਹੈ। ਉੱਪਰਲਾ ਮਤਲਬ? ਉੱਪਰਲਾ ਮਤਲਬ ਕਿ ਤੁਸੀਂ ਸਮਝਦੇ ਹੋ ਤੁਹਾਡੇ ਉੱਪਰਲਾ ਕਿੱਥੇ ਹਿਸਾਬ ਕਿਤਾਬ? ਨਹੀਂ, ਮੈਂ ਸਮਝਿਆ ਨਹੀਂ ਉੱਪਰਲਾ ਮਤਲਬ, ਕਹਿਣ ਦਾ ਮਤਲਬ ਹਾਈ ਲੈਵਲ ਤੇ ਗੱਲਬਾਤ ਹੈ ਉਹਨਾਂ ਦੀ। ਉਹ ਸ਼ੀ ਇਜ਼ ਆਪਣੇ ਆਪ ਨੂੰ ਉਹ ਜ਼ਿਆਦਾ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਦੇ ਨੇੜੇ ਸਮਝਦੇ ਆ। ਕੰਗਣਾ ਦੇ ਪਿੱਛੇ ਵਜ੍ਹਾ ਕੀ ਹੈ, ਕਿਉਂ ਇਸ ਤਰੀਕੇ ਨਾਲ ਬੈਕ ਟੂ ਬੈਕ? ਪਹਿਲਾਂ ਇਸ ਤਰੀਕੇ ਦਾ ਮਾਹੌਲ ਨਹੀਂ ਸੀ ਪਿਛਲੇ। ਕੰਗਣਾ ਆਲ ਦਾ ਟਾਈਮ ਬਈ, ਕੰਗਣਾ ਇਜ਼ ਨੋਟ ਦੈਟ ਇੰਪੋਰਟੈਂਟ ਫਾਰ ਮੀ। ਇੱਥੇ 25,000 ਹੋਰ ਐਕਟਰੈਸ ਤੁਰੀ ਫਿਰਦੇ ਹੈ, ਸ਼ੀ ਇਜ਼ ਵਨ ਆਫ ਦਾ ਮੈਂਬਰ ਆਫ ਪਾਰਲੀਮੈਂਟ, 550 ਜਿੰਨਾ ਚੋ ਹੈਗੀ ਹੈ, ਵਾਹ ਕੰਗਣਾ ਯਾਰ। ਐਂਡ ਕੰਗਣਾ ਰਾਹੁਲ ਗਾਂਧੀ ਨੂੰ ਬਹੁਤ ਬੁਰਾ ਭਲਾ ਕਹਿੰਦੇ ਨੇ, ਕਦੀ ਕਹਿੰਦੇ ਕਿ ਰਾਹੁਲ ਕੰਗਣਾ, ਚੰਗੀ ਗੱਲ ਹੈ, ਹੋਰ ਦੱਬ ਕੇ ਕਿਆ ਕਰ। ਮੈਂ ਕਹਿੰਦਾ ਕੰਗਣਾ ਦੱਬ ਕੇ ਕਹਿ ਲਾ, ਜੋਰ ਲਾ ਲਾ ਰਾਹੁਲ ਗਾਂਧੀ ਨੂੰ, ਰਾਹੁਲ ਗਾਂਧੀ ਜੋ ਹੈ ਹੈ, ਕੰਗਣਾ ਦੇ ਕਹਿਣ ਨਾਲ ਕੀ ਹੋ ਜਾਣਾ ਯਾਰ? ਐਂਡ ਕੰਗਣਾ ਕੌਣ ਹੈ? ਪਹਿਲਾਂ ਰਾਹੁਲ ਗਾਂਧੀ ਨੂੰ ਸਮ੍ਰਿਤੀ ਇਰਾਨੀ ਜੀ ਵੀ ਕਹਿੰਦੇ ਹੁੰਦੇ ਸੀਗੇ, ਰਾਹੁਲ ਗਾਂਧੀ ਨੂੰ ਹੋਰ ਬੜੇ ਲੋਕ ਕਹਿੰਦੇ ਹੈ, ਉਹ ਕਈ ਹੈਗੇ ਨਾ ਪੱਕੇ ਤੌਰ ਤੇ ਰੱਖੇ ਹੋਏ ਹੈਗੇ, ਇੱਕ ਗਿਰੀਰਾਜ, ਇੱਕ ਫਲਾਂ, ਇੱਕ 3-4 ਬੰਦੇ ਪੱਕੇ ਤੌਰ ਤੇ ਰਾਹੁਲ ਗਾਂਧੀ ਦੇ ਟਿੱਪ ਟਿੱਪਣੀ ਕਰਦੇ ਹੈ, ਉਹ ਬੱਬਰ ਸ਼ੇਰ ਹੈ ਰਾਹੁਲ ਗਾਂਧੀ ਯਾਰ। ਪੰਜਾਬ ਚ ਇਸ ਦੇ ਨਾਲ ਕੋਈ ਫਰਕ ਤੁਹਾਨੂੰ ਨਜ਼ਰ ਆਉਂਦਾ ਜਾਂ ਜਦੋਂ ਇਸ ਤਰੀਕੇ ਦੇ ਬਿਆਨ ਹੁੰਦੇ ਨੇ? ਪਹਿਲਾਂ ਕਿਸਾਨਾਂ ਨੂੰ ਉਦੋਂ ਕਿਹਾ ਸੀ ਕਿ ਪੈਸੇ ਦੇ ਕੇ ਬੀਬੀਆਂ ਜਿਹੜੀਆਂ ਆਈਆਂ 100-100 ਰੁਪਏ ਦੇ ਕੇ, ਹੁਣ ਇਹ ਬਿਆਨ? ਮੈਂ ਤਾਂ ਕੰਗਣਾ ਨੂੰ ਇਹ ਬੇਨਤੀ ਕਰੂੰਗਾ ਵੀ ਐਵੇਂ ਟੀਵੀ ਤੇ ਕਿਉਂ ਬਿਆਨ ਦਿੰਦੇ ਹੋ? ਕਿਸੇ ਦਿਨ ਪੰਜਾਬ ਚ ਕਿਸੇ ਜ਼ਿਲ੍ਹੇ ਚ ਅਨਾਊਂਸ ਕਰਕੇ ਆਓ ਤੇ ਉੱਥੇ ਖੜ ਕੇ ਇਹ ਬਿਆਨ ਦੇ ਕੇ ਜਾਓ ਜਿਹੜਾ ਤੁਸੀਂ ਰੋਜ਼ ਬਾਹਰ ਦਿੰਦੇ ਹੋ ਪੰਜਾਬ ਤੋਂ, ਨਾਲੇ ਤੁਹਾਨੂੰ ਪਤਾ ਲੱਗ ਜੇ ਵੀ ਪੰਜਾਬੀ ਕਿੰਨੇ ਚੰਗੇ ਔਰ ਕਿੰਨਾ ਪਿਆਰ ਕਰਦੇ ਆ, ਫਿਰ ਨਾਲੇ ਤੋਂ ਉਸ ਤੋਂ ਬਾਅਦ ਫਿਰ ਬਿਆਨ ਤੁਸੀਂ ਦੇਣਾ ਕਿ ਨਹੀਂ ਦੇਣਾ ਇਹ ਪੱਕੇ ਤੌਰ ਤੇ ਤੁਸੀਂ ਫੈਸਲਾ ਕਰ ਲਓਗੇ। ਪੰਜਾਬ ਧਮਕਾ ਹੀ ਰਹੇ ਹੋ, ਧਮਕਾ ਕਿਉਂ ਰਹੇ? ਮੈਂ ਧਮਕਾ ਕਿਉਂ ਰਿਹਾ? ਮੈਂ ਤਾਂ ਇਹ ਕਹਿ ਰਿਹਾ ਕਿ ਐਵੇਂ ਦੂਰ ਬੈਠਾ ਕੋਈ ਅਮਰੀਕਾ ਚੋਂ ਬਿਆਨ ਦੇਈ ਜਾਂਦਾ, ਕੋਈ ਕੈਨੇਡਾ ਚੋਂ ਬਿਆਨ ਦੇਈ ਜਾਂਦਾ, ਜਿਸ ਪਤੇ ਨੂੰ ਜਿਹਨੇ ਕਿਸਾਨੀ ਦਾ ਊੜਾ ਆੜਾ ਨਹੀਂ ਪਤਾ ਉਹ ਕਿਸਾਨੀ ਬਾਰੇ ਬਿਆਨ ਦੇਈ ਜਾਂਦਾ, ਕਿਸਾਨੀ ਅੰਦੋਲਨ ਬਾਰੇ ਦੇਈ ਜਾਂਦਾ ਕਦੇ ਕਿਸਾਨੀ ਅੰਦੋਲਨ ਚ, ਯਾਰ ਜਿਹੜੀ ਚੀਜ਼ ਬਾਰੇ ਤੁਹਾਨੂੰ ਪਤਾ ਨਹੀਂ ਐਵੇਂ ਉਹਦੇ 'ਤੇ ਟਿੱਪਾ ਟਿੱਪਣੀ ਕਰੀ ਜਾਵਾਂ। ਮੈਂ ਕਹਾਂ ਕਿ ਜਿਹੜੇ ਬਾਲੀਵੁੱਡ ਸਟਾਰ ਆ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ, ਉਹ ਇੱਦਾਂ ਦੇ ਉਹਨਾਂ ਦੀਆਂ ਆਦਤਾਂ ਨੇ, ਉਹਨਾਂ ਦਾ ਜੀਵਨ ਇੱਦਾਂ ਦਾ ਹੈ, ਸੋ ਡਜ਼ਨਟ ਮੇਰੇ ਹਾਸੇ ਉਹ ਚੰਗੀ ਗੱਲ ਨਹੀਂ ਹੈ। ਹਾਲਾਂਕਿ ਉਹ ਟਿੱਪਾ ਟਿੱਪਣੀ ਕਰਨ ਤੇ ਕੰਗਣਾ ਜੀ ਤੇ ਬੜਾ ਕੁਛ ਹੈ ਲੋਕ ਕਰਦੇ ਨੇ, ਫਿਰ ਬੰਦੇ ਨੂੰ ਦੁੱਖ ਹੁੰਦਾ ਹੈ। ਜਿਵੇਂ ਕਿ ਬਥੇਰੀਆਂ ਯਾਰ ਲੋਕ ਗੱਲਾਂ, ਕਿਸੇ ਨੂੰ ਵੀ ਕੁਝ ਵੀ ਕਹਿ ਦੇਣਾ, ਰਾਹੁਲ ਗਾਂਧੀ ਨੂੰ ਇਹ ਕਹਿਤਾ ਕੰਗਣਾ ਰਣੌਤ ਨੇ ਵੀ ਇਹ ਤਾਂ ਨਸ਼ਾ ਕਰਦੇ ਹੈ, ਏਦਾਂ ਦੀਆਂ ਕੋਈ ਕਹਾਣੀ ਦੱਸਤੀ। ਹਾਲਾਂਕਿ ਰਾਹੁਲ ਗਾਂਧੀ ਦੀ ਤਾਂ ਕੋਈ ਗੱਲ ਸੱਚੀ ਨਹੀਂ ਹੈ, ਤੁਹਾਡੇ ਬਾਰੇ ਕਿਸੇ ਨੇ ਕੁਛ ਕਹਿਤਾ
ਫਿਰ ਬਹੁਤ ਜ਼ਿਆਦਾ ਮਿਰਚਾਂ ਲੱਗ ਜਾਣੀਆਂ, ਜਿਹੜੀ ਕਿ ਸਾਨੂੰ ਸਾਡੇ ਮਾਂ ਪਿਓ ਨੇ ਇਹ ਗੱਲ ਸਿਖਾਇਆ ਨਹੀਂ। ਸਾਡੇ ਮਾਂ ਪਿਓ ਨੇ ਕਿਹਾ ਕਿ ਕਿਸੇ ਦਾ ਦਿਲ ਨਹੀਂ ਦਿਖਾਈਦਾ, ਸਾਡੇ ਗੁਰੂ ਨੇ ਕਿਹਾ, ਸਾਨੂੰ ਇਹ ਤਲੀਮ ਤੇ ਤਹਿਜ਼ੀਬ ਦੇਈ ਦੀ ਹੈ ਕਿ ਅਨਸੈਸਰਲੀ ਤੁਸੀਂ ਕਿਸੇ ਵਿਅਕਤੀ ਤੇ ਟਿੱਪਾ ਟਿੱਪਣੀ ਕਰਦੇ ਚੰਗੇ ਨਹੀਂ ਲੱਗਦੇ। ਔਰ ਬਿਨਾਂ ਨੱਡਾ ਨੇ ਪਿਛਲੀ ਵਾਰ ਬੁਲਾ ਕੇ ਉਸ ਵੇਲੇ ਵੀ ਕੰਗਨਾ ਦੇ ਬਿਆਨ ਤੋਂ ਕਿਹਾ ਸੀਗਾ ਕਿ ਇਸ ਤਰੀਕੇ ਦੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜੇਪੀ ਨੱਡਾ ਬੀਜੇਪੀ ਦੇ ਪ੍ਰਧਾਨ ਨੇ। ਨੱਡਾ ਸਾਹਿਬ ਹੁਣ ਉਡੀਕਦੇ ਕਿਹਨੂੰ ਆ, ਉਹਨੂੰ ਕੱਢ ਕੇ ਬਾਹਰ ਮਾਰਨ? ਨੱਡਾ ਸਾਹਿਬ ਮਸਟ ਸਸਪੈਂਡ ਹਰ, ਅਗਰ ਨੱਡਾ ਸਾਹਿਬ ਵਾਕਈ ਉਸ ਗੱਲ ਤੋਂ ਦੁਖੀ ਹੈ ਤਾਂ ਉਹ ਸਸਪੈਂਡ ਕਰਨ, ਪਰ ਜੇ ਉਹ ਜਾਣ ਬੁੱਝ ਕੇ ਕਿ ਰੱਖਿਆ ਹੀ ਇਸ ਕੰਮ ਵਾਸਤੇ ਕੰਗਨਾ ਜੀ ਨੂੰ ਕਿ ਕੰਗਨਾ ਜੀ ਤੁਸੀਂ ਖਲਬਲੀ ਪੈਦਾ ਕਰਨੀ ਹੈ, ਅਸੀਂ ਜਦੋਂ ਤੁਹਾਨੂੰ ਕਿਹਾ ਕਰਾਂਗੇ ਤੁਸੀਂ ਪੈਦਾ ਕਰਦੇ ਕਰੋ। ਕਿਸਾਨ ਅੰਦੋਲਨ ਦਾ ਤੁਸੀਂ ਜ਼ਿਕਰ ਕੀਤਾ, ਭੁਪਿੰਦਰ ਹੁੱਡਾ ਕਹਿੰਦੇ ਜੇ ਕਾਂਗਰਸ ਦੀ ਸਰਕਾਰ ਹਰਿਆਣੇ ਚ ਬਣੀ ਤਾਂ ਫਿਰ ਅਸੀਂ ਸ਼ੰਭੂ ਬਾਰਡਰ ਖੋਲ ਦਿਆਂਗੇ, 100% ਖੋਲਣਗੇ ਸ਼ੰਭੂ ਬਾਰਡਰ। ਚੰਗੀ ਗੱਲ ਹੈ, ਹੁੱਡਾ ਸਾਹਿਬ ਨੂੰ ਮੈਂ ਮੁਬਾਰਕਬਾਦ ਦਿੰਦਾ, ਕਿਸਾਨ ਲੀਡਰ ਹੈ, ਕਿਸਾਨਾਂ ਦੇ ਦਰਦ ਨੂੰ ਜਾਣਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ MSP ਦਿਆਂਗੇ, ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਦੇ ਲਾਠੀਆਂ ਮਾਰੀ ਗਈਆਂ, ਬਿਲਕੁਲ ਸ਼ੰਭੂ ਖੋਲਾਂਗੇ, ਕਿਸੇ ਦਾ ਬਾਪ ਦਾ ਥੋੜੀ ਹੈ ਸ਼ੰਭੂ। ਦਿੱਲੀ ਜਾਣ ਕਿਸਾਨ, ਦਿੱਲੀ ਜਾ ਕੇ ਬੈਠਣ, ਕਿਸਾਨ ਅੰਦੋਲਨ ਕਰਨਾ ਚਾਹੁੰਦੇ ਆ, ਜੰਤਰ ਮੰਤਰ ਤੇ ਆਪਣੀ ਗੱਲ ਰੱਖਣਾ ਚਾਹੁੰਦੇ ਆ। ਚਲੋ ਬਹੁਤ ਬਹੁਤ ਧੰਨਵਾਦ। ਰਾਜਾ ਵੜਿੰਗ ਨਿਊਜ਼ 18 ਦੇ ਨਾਲ ਗੱਲਬਾਤ ਕਰ ਰਹੇ ਸੀ ਔਰ ਕਹਿ ਰਹੇ ਨੇ ਕਿ ਜੇਕਰ ਬੀਜੇਪੀ ਨੇ ਇਤਰਾਜ਼ ਹੈ ਤਾਂ ਫਿਰ ਕੰਗਨਾ ਨੂੰ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਵਾ, ਔਰ ਇਸ ਤਰੀਕੇ ਦੇ ਬਿਆਨ ਦੇ ਕੇ ਕੰਗਨਾ ਜਾਣ ਬੁੱਝ ਕੇ ਕੰਟਰੋਵਰਸੀ ਖੜੀ ਕਰ ਰਹੀ ਹੈ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।